ਪੰਜਾਬ ਤੋਂ ਇੱਕ 8 ਮਹੀਨੇ ਦੇ ਬੱਚੇ ਦੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬੱਚੇ ਨੂੰ ਇੱਕ ਔਰਤ ਨੇ ਚੋਰੀ ਕੀਤਾ ਹੈ ਅਤੇ ਇਹ ਸਾਰਾ ਮਾਮਲਾ ਸੀਸੀਟੀਵੀ ਕੈਮਰੇ 'ਚ ਕੈਦ ਹੈ। ਵਿਨੇ ਪਾਂਡੇ ਨਾਮ ਦੀ ਔਰਤ ਨੇ ਥਾਣਾ ਕੋਤਵਾਲੀ 'ਚ ਬੱਚੇ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਾਈ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਦੀ ਇੱਕ ਲੇਡੀਜ਼ ਜਿਹੜੀ ਹੈ ਇਹਨੇ ਆਖੇ 5 ਤਰੀਕ ਨੂੰ 5-6 ਉਨੀ ਨੂੰ ਕੋਤਵਾਲੀ ਥਾਣੇ ਆਪਣਾ ਜਿਹੜੀ ਰਿਪੋਰਟ ਲਿਖਾਈ ਕਿ ਉਹ ਆਪਣੇ ਘਰ ਦੇ ਨਾਲ ਲੜ ਕੇ ਕਰੀਬ 20 ਦਿਨ ਪਹਿਲਾਂ ਦਰਬਾਰ ਸਾਹਿਬ ਦੇ ਵਿੱਚ ਆ ਕੇ ਅਤੇ ਇੱਥੇ ਰਹਿ ਰਹੀ ਸੀਗੀ। ਅਤੇ 2-3 ਦਿਨ ਪਹਿਲਾਂ ਉਹਦਾ ਕਿਸੇ ਅਨਨੋਨ ਲੇਡੀ ਦੇ ਨਾਲ ਜਿਹੜੀ ਜਾਣਕਾਰੀ ਹੋ ਗਈ ਅਤੇ ਉਹ ਰਾਤ ਨੂੰ ਇਕੱਠੀ ਇਸ ਦੇ ਨਾਲ ਸੁੱਤੀ, ਜਿੱਥੇ ਕਿ ਕੰਪਲੇਂਟ ਦੇ 4 ਬੱਚੇ ਵੀ ਉਸ ਦੇ ਨਾਲ ਸੀ। ਉਹਦਾ ਇੱਕ ਛੋਟਾ ਬੱਚਾ ਆਦਿੱਤਯ, ਜਿਸ ਦੀ ਉਮਰ ਕਰੀਬ 8-9 ਮਹੀਨੇ ਸੀ, ਉਹ ਦੂਸਰੀ ਜਿਹੜੀ ਲੇਡੀ ਕਿਤੇ ਉਹਨੂੰ ਆਪਣੇ ਨਾਲ ਲੈ ਗਈ ਹੈ, ਜਿਸ 'ਤੇ ਕਿ ਕੇਸ ਰਜਿਸਟਰ ਕੀਤਾ ਗਿਆ ਅਤੇ ਇਨਵੈਸਟੀਗੇਸ਼ਨ ਜਾਰੀ ਹੈ। ਉਹਦੀ ਫੁਟੇਜ ਵਗੈਰਾ ਲੈ ਕੇ ਉਹਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇੱਕ ਫੁਟੇਜ ਦੇ ਵਿੱਚ ਉਹਦੀ ਇੱਕ ਆਈ ਵੀ ਹੈ ਕਲੀਅਰ।